ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਅਤੇ ਕ੍ਰਿਸਚੈਨਿਟੀ ਅਤੇ ਰੀਅਲ ਇਸਲਾਮ ਦਾ ਪ੍ਰਚਾਰ ਕਰਦਾ ਹੈਗਾ। ਅਸਲੀ ਇਸਲਾਮ ਜਿਹੜਾ ਹੈਗਾ ਉਹ ਸ਼ਰੀਆ ਫਰੀ ਹੈਗਾ, ਇਹ ਨਕਲੀ ਹੈਗਾ। ਜਿੱਦਾਂ ਹੈਗਾ ਥੋਥਾ ਚਨਾ ਬਾਜੇ ਗਾਣਾ, ਅਤੇ ਇਸ ਕਰਕੇ ਜਿਹੜਾ ਨਕਲੀ ਹੈਗਾ ਨਾ ਸਿੱਖ ਜਾਂ ਨਕਲੀ ਮੁਸਲਮਾਨ ਹੈਗਾ, ਉਹ ਖੂਬ ਭੜਕਦਾ ਹੈਗਾ, ਖੂਬ ਰੌਲਾ ਪਾਉਂਦਾ ਹੈਗਾ। ਜਿਹੜਾ ਹੈਗਾ ਗੁਰਮੁਖ ਹੈਗਾ ਜਾਂ ਮੁਸਲਮਾਨ ਹੈਗਾ, ਕੋਈ ਪੱਕਾ ਮੁਸਲਮਾਨ ਹੈਗਾ, ਉਹ ਸ਼ਾਂਤ ਵਿੱਚ ਆਉਂਦਾ, ਉਹਦੇ ਕੋਲ ਸਹਿਜ ਹੁੰਦਾ ਹੈਗਾ, ਸਹਿਜ ਵਿੱਚ ਉਹ ਆਪਣੇ ਰਹਿੰਦਾ ਹੈਗਾ ਅਤੇ ਉਹ ਬੋਲੀ ਨਹੀਂ ਜਾਂਦਾ ਐਵੇਂ ਐਵੇਂ ਥੋਥਾ ਚਨਾ ਨਹੀਂ ਹੁੰਦਾ ਉਹ। ਜਿੱਦਾਂ ਘੜਿਆ ਭਰਿਆ ਹੋਵੇ ਤਾਂ ਉਹਦੀ ਆਵਾਜ਼ ਹੋਰ ਹੁੰਦੀ, ਖਾਲੀ ਹੋਵੇ ਤਾਂ ਹੋਰ, ਅਤੇ ਇਸ ਤਰ੍ਹਾਂ ਹੈਗਾ। ਅਤੇ ਮੈਂ ਹੁਣ ਅੱਜ ਕਰਨ ਲੱਗੇ ਵਿਆਖਿਆ, ਸਲੋਕ ਮਹਲਾ ਪੰਜਵਾਂ। ਪੰਜਵੇਂ ਜਿਹੜੇ ਸੀ ਸਤਿਗੁਰੂ ਅਰਜਨ ਦੇਵ ਜੀ, ਇਹ ਚਿੱਤ ਬਿਰਤੀ ਦੇ ਸਿੱਖ ਸਨ ਆਪ, ਅਤੇ ਨਾਲੇ ਚਿੱਤ ਬਿਰਤੀ ਸਿੱਖਾਂ ਨੂੰ ਇਹ ਸੰਬੋਧਨ ਕਰਦੇ ਨੇ ਸਾਰਾ, ਯਾਨੀ ਕਿ ਇਹਨਾਂ ਦਾ ਸਿਕਸ਼ਾ ਜਿਹੜੀ ਗੀ ਟੌਪ 'ਤੇ ਹੈਗੀ। ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ, ਅਮਰਦੇਵ ਜੀ ਨੇ ਦੁਬਦਾ, ਅਤੇ ਰਾਮਦਾਸ ਜੀ ਨੇ ਫਿਰ ਮੋਹ ਮਾਰਿਆ, ਅਤੇ ਇਹਨਾਂ ਪਾਇਆ ਪ੍ਰਭ ਅਬਨਾਸ਼ੀ, ਅਤੇ ਇਹ ਫਿਰ ਉਹ ਚਿੱਤ ਬਿਰਤੀ ਦੇ ਲੋਕ ਬਣ ਗਏ, ਹੋਮੇ ਮਨ ਬੁੱਧੀ ਦੇ ਚਿੱਤ ਬਿਰਤੀ। ਅਤੇ ਆਦਿ ਸ਼ੁਰੂ ਮੱਧ ਵਿਚਕਾਰ ਔਰ ਅੰਤ ਜਿਹੜਾ ਅਖੀਰ, ਪਰਮੇਸ਼ਵਰ ਰੱਖਿਆ, ਪਰਮੇਸ਼ਵਰ ਨੇ ਮੈਨੂੰ ਰੱਖਿਆ। ਸਤਿਗੁਰੂ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ। ਸਤਿਗੁਰੂ ਹੈਗਾ ਜਿਹੜਾ ਜਿਹੜਾ ਸੱਤ ਦਾ ਗੁਰ ਜਾਣੇ, ਗੁਰ ਹੈਗਾ ਢੰਗ, ਢੰਗ ਕੀ ਹੈਗਾ ਲੋਜੀਕਲ ਰੀਜ਼ਨਿੰਗ। ਜਿਹੜਾ ਸੱਤ ਦਾ ਗੁਰ ਜਾਣੇ ਉਹਨੂੰ ਕਹੀਦਾ ਸਤਿਗੁਰੂ, ਅਤੇ ਇਹਨੂੰ ਕਹੀਦੇ ਕ੍ਰਾਈਸਟ। ਨੋ ਕ੍ਰਾਈਸਟ ਇਨ ਯੋਰ ਹਾਰਟ, ਨੋ ਗੋਸਪਲ, ਅਤੇ ਸਤਿਗੁਰੂ ਬਿਨਾਂ ਤੁਹਾਨੂੰ ਸੋਝ ਹੀ ਨਹੀਂ ਪਏਗੀ। ਸਤਿਗੁਰੂ ਜਿਹੜਾ ਤੁਹਾਡੇ ਅੰਦਰ ਹੀ ਹੈਗਾ, ਬਾਹਰ ਨਹੀਂ ਹੈਗਾ। ਜਿਹੜਾ ਤੁਹਾਡੇ ਅੰਦਰ ਸਤਿਗੁਰੂ ਹੈਗਾ, ਉਹ ਸਤਿਗੁਰੂ ਨਾਨਕ ਦੇਵ ਜੀ ਨਾਲ ਗੱਲਬਾਤ ਕਰ ਸਕਦਾ ਹੈਗਾ। ਜੇ ਤੁਹਾਡੇ ਅੰਦਰ ਸਤਿਗੁਰੂ ਨਹੀਂ ਹੈਗਾ ਤਾਂ ਤੁਸੀਂ ਨਾਨਕ ਨੂੰ ਨਹੀਂ ਪਛਾਣ ਸਕਦੇ। ਲੋਕੀ ਨਾਨਕ ਨੂੰ ਗੁਰੂ ਕਹਿੰਦੇ, ਗੁਰੂ ਨਹੀਂ ਸੀ ਉਹ, ਸਤਿਗੁਰੂ ਸਨ। ਸੱਤ ਦਾ ਗਿਆਨ ਦਿੰਦੇ ਸੀ, ਨਾ ਕਿ ਸਰੀਰਕ ਬ੍ਰਾਹਮਣ ਗੁਰੂ ਵਾਂਗਣ ਸਰੀਰਕ ਦਿੰਦੇ ਸੀਗੇ। ਗੁਰੂ ਤਿੰਨ ਹੁੰਦੇ ਨੇ, ਮਾਤਾ ਪਿਤਾ ਦੇ ਪੰਡਿਤ, ਅਤੇ ਸਤਿਗੁਰੂ ਛੇ ਸੀਗੇ। ਹਰ ਇੱਕ ਦੀ ਆਪਣੀ ਆਪਣੀ ਫੰਕਸ਼ਨ ਸੀਗੀ। ਸਤਿਗੁਰੂ ਦਿੱਤਾ ਹਰ ਨਾਮ ਅੰਮ੍ਰਿਤ ਚੱਖਿਆ, ਉਹਦੇ ਸਤਿਗੁਰੂ ਦੇ ਰਾਹੀਂ ਇਹ ਨਾਮ ਸਮਝ ਆਉਂਦੀ ਹੈ ਤਾਂ ਇਹਦਾ ਸਵਾਦ ਲੱਗਦਾ ਹੈਗਾ। ਸਾਦਾ ਸੰਗ ਅਪਾਰ ਅੰਦਿਨ ਹਰ ਗੁਣ ਰਵੇ, ਸਾਦਾ ਸੰਗ ਸਾਧੂਆਂ ਦੀ ਸੰਗ ਵਿੱਚ, ਸਾਧੂ ਜਿਹੜੇ ਹੁੰਦੇ ਨੇ ਉਹ ਹੁੰਦੇ ਜਿਹੜਾ ਮਾਇਆ ਨੂੰ ਨਹੀਂ ਹੱਥ ਲਾਉਂਦੇ, ਉਹ ਅਕਾਲ ਪੁਰਖ ਦੀ ਮਾਇਆ ਵਿੱਚ ਖੇਡਦੇ ਨੇ, ਅਤੇ ਉਹਨਾਂ ਦੀ ਸੰਗਤ ਜੇ ਆਦਮੀ ਕਰੇ ਤਾਂ ਉੱਥੋਂ ਫਿਰ ਨਾਮ ਮਿਲਦਾ ਹੈਗਾ। ਜਿਹੜਾ ਸਾਧੂ ਪੈਸੇ ਨੂੰ ਹੱਥ ਲਾਉਂਦਾ ਨਾ, ਉਹ ਸਾਧੂ ਨਹੀਂ ਹੈਗਾ।
ਉਹ ਕਸਾਦ ਹੈਗਾ। ਇਹ ਸਿੱਧੀ ਪਛਾਣ ਹੈਗੀ ਉਹਦੀ। ਸਾਧੂ ਜਿਹੜਾ ਹੈਗਾ ਉਹ ਪੈਸੇ ਨੂੰ ਨਹੀਂ ਉਹ ਹੱਥ ਲਾਉਂਦਾ, ਉਹ ਅਕਾਲ ਪੁਰਖ ਦੇ ਹੱਥ ਪੈਸਿਆਂ ਨਾਲ ਕਰਦਾ ਉਹ ਮੇਲ ਮੇਲ, ਅਕਾਲ ਪੁਰਖ ਦੀ ਦੌਲਤ ਟ੍ਰੇਅਰਸ। ਸਾਧਾ ਸੰਗ ਅਪਾਰ, ਅਪਾਰ ਪਹਿਣਾ ਲੰਘ ਗਏ ਬੇਸ਼ੁਮਾਰ, ਅਨ ਦਿਨ ਹਰ ਗੁਣ ਰਵੇ, ਅਨ ਦਿਨ ਰਾਤ ਦਿਨੇ ਹਰ ਗੁਣ ਰਵੇ, ਉਹਦੇ ਰਵਿਆਂ 'ਚ ਉਹਦੇ ਹਰ ਗੁਣ ਦੇ ਹੀ ਗੀਤ ਗਾਉਣੇ ਨੇ, ਉਹਦੇ 'ਚ ਰਵਿਆ ਰਹਿੰਦਾ ਆਦਮੀ। ਪਾਏ ਮਨੋਰਥ ਸਭ ਜੂਨੀ ਨਾ ਭਵੇ, ਪਾਏ ਮਨੋਰਥ, ਮਨੋਰਥ ਜਿਹੜਾ ਮਨ ਨੂੰ ਮੋਹਣ ਵਾਲਾ, ਅਕਾਲ ਪੁਰਖ ਦਾ ਨਾਮ। ਪਾਏ ਮਨੋਰਥ ਸਭੇ ਜੂਨੀ ਨਾ ਭਵੇ, ਉਹ ਫਿਰ ਜਿਹੜਾ ਹੈਗਾ 84 ਦੀ ਜੂਨੀ 'ਚ ਨਹੀਂ ਪੈਂਦਾ, ਮਰਨ ਜਨਮ ਦੀ ਜੂਨੀ ਤੋਂ ਉਹ ਰਹਿਤ ਹੋ ਜਾਂਦਾ ਹੈਗਾ। ਜਿਹੜਾ ਨਾਮ ਹੈਗਾ ਇਹ ਉਹਨੂੰ ਮਿਲਦਾ ਜਿਹੜਾ ਹੈਗਾ ਸਨ ਆਫ ਗੋਡ, ਸਨ ਆਫ ਦੀ ਮੋਸਟ ਹਾਈ। ਗੋਡ ਅਟਰਨਲ ਹੈਗਾ ਅਤੇ ਉਹਦਾ ਪੁੱਤਰ ਜਿਹੜਾ ਹੈਗਾ ਉਹ ਵੀ ਅਟਰਨਲ ਹੀ ਹੋਊਗਾ, ਉਹ ਵੀ ਨਹੀਂ ਮਰਨ ਜਨਮ ਵਿੱਚ ਆਉਂਦਾ, ਜਿੱਦਾਂ ਦਾ ਅਕਾਲ ਪੁਰਖ ਉੱਦਾਂ ਦਾ ਪੁੱਤਰ। ਅਤੇ ਇਸ ਕਰਕੇ ਜਿਹੜਾ ਆਦਮੀ ਉਹਦੇ ਪਾਉਂਦਾ ਹੈਗਾ ਮਨੋਰਥ ਖਜ਼ਾਨੇ ਪਾਉਂਦਾ ਹੈਗਾ ਉਹ ਅਟਰਨਲ ਹੋ ਜਾਂਦਾ ਹੈਗਾ, ਮਰਨ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈਗਾ। ਉਹਨੂੰ ਕਹੀਦਾ ਰੀਜ਼ਰੈਕਸ਼ਨ। ਸਭ ਕੁਛ ਕਰਤੇ ਸਾਥ ਕਾਰਨ ਜੋ ਕਰੇ, ਸਭ ਕੁਛ ਉਹਦੇ ਹੱਥ 'ਚ ਹੈਗਾ ਅਕਾਲ ਪੁਰਖ ਦੇ, ਆਦਮੀ ਦੇ ਹੱਥ 'ਚ ਨਹੀਂ ਹੈਗਾ ਕਿ ਮੈਂ ਉਹ ਲੈ ਲਵਾਂ ਜਾਂ ਆਹ ਕਰ ਲਵਾਂ, ਉਹ ਦੇਵੇ ਤਾਂ ਮਿਲਦਾ ਹੈਗਾ। ਜੇ ਉਹੀ ਹੈਗਾ ਜੋ ਕਰਦਾ ਹੈਗਾ ਉਹੀ ਕਰਦਾ ਹੈਗਾ, ਤੁਸੀਂ ਉਹਨੂੰ ਉਹਦੀ ਸੇਵਾ ਕਰਨੀ ਹੈਗੀ। ਸੇਵਾ ਕਿੱਦਾਂ ਕਰਨੀ? ਨਾਮ ਜਪ ਕੇ, ਨਾਮ ਆਪ ਜਪੋ ਔਰਾਂ ਨੂੰ ਜਪਾਓ, ਇਹਨੂੰ ਖੰਡਾ ਕਹੀਦਾ ਨਾ। ਨਾਨਕ ਮੰਗੇ ਦਾਨ ਸੰਤਾਂ ਦੂਰ ਤਰੇ, ਸਤਿਗੁਰੂ ਨਾਨਕ ਦੇਵ ਜੀ ਦਾਨ ਮੰਗਦੇ ਨੇ ਕਾਹਦਾ? ਸੰਤਾਂ ਦੀ ਧੂੜ ਦਾ। ਅਤੇ ਫਿਰ ਆਦਮੀ ਤਰਦਾ ਹੈਗਾ ਜਿਹੜਾ ਹੈਗਾ ਭਵ ਜਲ ਹੈਗਾ, ਔਖਾ ਹੈਗਾ ਜਿਹੜਾ ਸਮੁੰਦਰ ਆਪਾਂ ਜਿਹੜੇ ਆਏ ਹੈ ਇਸ ਦੁਨੀਆ 'ਚ, ਇਹਦੇ 'ਚ ਮੁਸੀਬਤਾਂ ਵੀ ਆਉਂਦੀਆਂ ਨੇ, ਇਹ ਸਭ ਦੂਰ ਹੋ ਜਾਂਦੀਆਂ ਨੇ ਜਦੋਂ ਤੁਸੀਂ ਉਹਦਾ ਨਾਮ ਜਪਦੇ ਹੈਗੇ ਆ। ਮਹੱਲਾ ਪੰਜਵਾਂ। ਤਿਸ ਨੂੰ ਮਨ ਵਸਾਏ ਜਿਨ ਉਪਾਇਆ, ਤਿਸ ਨੂੰ ਮਨ ਵਸਾਏ, ਉਹਨੂੰ ਆਪਣਾ ਮਨ ਕਿਉਂ ਉਹਨੂੰ ਵਸਾਉਂਦਾ ਹੈਗਾ ਜਾਂ ਉਹਨੂੰ ਭੁੱਲ ਜਾਂਦਾ ਹੈਗਾ? ਜਿਨ ਪੈਦਾ ਕੀਤਾ ਹੈਗਾ, ਜਿਨ ਉਪਾਇਆ, ਜਿਨ ਤੈਨੂੰ ਜਨਮ ਦਿੱਤਾ ਆਦਮੀ ਦਾ। ਇਹ ਰੂਹ ਜਿਹੜੀ ਹੈਗੀ ਕਿਸੇ ਗਧੇ 'ਚ ਵੀ ਜਾ ਸਕਦੀ ਸੀਗੀ, ਖੋਤੇ 'ਚ ਵੀ ਜਾ ਸਕਦੀ, ਕੁੱਤੇ ਵਿੱਚ ਵੀ ਜਾ ਸਕਦੀ, ਕਿਤੇ ਵੀ। ਇਹ ਰੂਹ ਇਨਸਾਨ ਦੇ ਵਿੱਚ ਪਈ ਹੈਗੀ, ਉਹਨੇ ਤੁਹਾਨੂੰ ਜਨਮ ਦਿੱਤਾ ਹੈਗਾ ਕਿਸੇ ਦੇ ਕਬੀਲੇ ਦੇ ਘਰ, ਯਾਨੀ ਖਾਂ ਕਿਸੇ ਦੇ ਘਰ ਦਿੱਤਾ ਹੈਗਾ, ਅਤੇ ਉਹਦਾ ਜਿਹੜਾ ਜਨਮ ਹੈਗਾ ਉਹਨੂੰ ਕਬੂਲ ਕਰੋ ਅਤੇ ਉਹਦੀ ਸਲਾਹੀ ਕਰੋ ਜਿਨ ਤੁਹਾਨੂੰ ਜਨਮ ਦਿੱਤਾ ਹੈਗਾ ਇਨਸਾਨ ਦਾ। ਜਿਨਨੇ ਜਨ ਦਿਆਇਆ, ਖਸਮ ਤਿੰਨੇ ਸੁੱਖ ਪਾਇਆ,
ਜਿਸ ਆਦਮੀ ਨੇ ਜਨ ਹਰ ਜਨ ਧਿਆਇਆ, ਯਾਨੀ ਕਿ ਉਹਦਾ ਅਕਾਲ ਪੁਰਖ ਦਾ ਬੇਟਾ ਬਣ ਗਿਆ। ਹਰ ਜਨ ਹੈਗਾ ਅਕਾਲ ਪੁਰਖ ਦਾ ਬੇਟਾ, ਇਹ ਜਨ ਜਿਹੜਾ ਹੈਗਾ ਨਾ ਇਨ ਬਰੀਫ ਹੈਗਾ, ਅਸਲ ਵਿੱਚ ਹੈਗਾ ਹਰ ਜਨ ਸਨ ਆਫ ਦੀ ਮੋਸਟ ਹਾਈ। ਜੇ ਜਦੋਂ ਵੀ ਜਿਸ ਨੇ ਵੀ ਉਹਨੂੰ ਧਿਆਇਆ ਨਾ, ਉਹਦਾ ਬੇਟਾ ਬਣ ਗਿਆ ਨਾ, ਖਸਮ ਤਿੰਨ ਸੁੱਖ ਪਾਇਆ, ਉਹਨੂੰ ਖਸਮ ਬਣਾ ਲਿਆ ਨਾ ਅਕਾਲ ਪੁਰਖ ਨੇ, ਉਹਨੇ ਫਿਰ ਸੁੱਖ ਪਾਇਆ ਦੁਨੀਆਂ 'ਚ। ਸਫਲ ਜਨਮ ਪ੍ਰਵਾਨ ਗੁਰਮੁਖ ਆਇਆ, ਉਹਦਾ ਜਿਹੜਾ ਜਨਮ ਹੈਗਾ, ਜਿਹੜਾ ਇੱਥੇ ਪੈਦਾ ਹੋਣਾ, ਉਹ ਪ੍ਰਵਾਨ ਹੁੰਦਾ ਜਦੋਂ ਉਹ ਗੁਰਮੁਖ ਬਣ ਜਾਂਦਾ। ਗੁਰਮੁਖ ਉਹ ਹੁੰਦਾ ਹੈਗਾ, ਗੁਰ ਹੈਗਾ ਢੰਗ ਅਤੇ ਮੁੱਖ ਹੈਗਾ ਮੂੰਹ। ਜਿਹੜਾ ਆਦਮੀ ਢੰਗ ਨਾਲ ਬੋਲੇ ਮੂੰਹ ਤੋਂ, ਐਵੇਂ ਨਾ ਆਲਪਤਾਲ ਬੋਲੇ, ਜਿਹੜਾ ਬੁੱਧੀ 'ਚ ਹੁੰਦਾ ਨਾ, ਜਦੋਂ ਹੋਮੇ ਮਨ ਅਤੇ ਬੁੱਧੀ, ਜਦੋਂ ਬੁੱਧੀ ਬਿਰਤੀ 'ਚ ਹੁੰਦਾ ਨਾ ਆਦਮੀ, ਉਦੋਂ ਗੁਰਮੁਖ ਹੁੰਦਾ, ਉਹਦੇ ਕੋਲ ਸਹਿਜ ਹੁੰਦਾ। ਜਿਹੜਾ ਮਨ ਹੁੰਦਾ ਨਾ, ਮਨ ਦੇ 'ਚ ਸਹਿਜ ਨਹੀਂ ਹੁੰਦਾ, ਉਹ ਫੁਰਤੀਲਾ ਹੁੰਦਾ ਹੈਗਾ, ਇੱਧਰ ਸੋਚਦਾ ਉੱਧਰ ਸੋਚਦਾ ਹੈਗਾ। ਜਿਹੜਾ ਗੁਰਮੁਖ ਹੈਗਾ ਉਹ ਸਹਿਜ ਨਾਲ ਬੋਲਦਾ ਹੈਗਾ, ਉਹਦੇ ਕੋਲ ਸਹਿਜ ਹੈਗਾ ਅਤੇ ਆਇਆ ਗੁਰਮੁਖ। ਅਤੇ ਨੈਕਸਟ ਸਟੇਜ ਜਿਹੜੀ ਹੁੰਦੀ ਹੈਗੀ, ਉਹ ਪਾਇਆ ਪ੍ਰਭ ਅਵਿਨਾਸ਼ੀ, ਅਕਾਲ ਪੁਰਖ ਨਾਲ ਇੱਕਮਿਕ ਹੋ ਗਿਆ, ਚਿੱਤ ਬਿਰਤੀ ਦਾ ਸਿੱਖ ਬਣ ਜਾਂਦਾ। ਫਿਰ ਹੁਕਮੇ ਬੂਝੇ ਨਿਹਾਲ ਖਸਮ ਫਰਮਾਇਆ, ਜੇ ਉਹਦਾ ਆਦਮੀ ਅਕਾਲ ਪੁਰਖ ਦਾ ਹੁਕਮ ਬੁੱਝ ਲਵੇ, ਉਹਦੇ ਮੁਤਾਬਿਕ ਚੱਲੇ, ਤਾਂ ਖਸਮ ਜੋ ਫਰਮਾਇਆ ਹੈਗਾ, ਉਹਦੇ ਨਾਲ ਫਿਰ ਨਿਹਾਲੋ ਨਿਹਾਲ ਰਹਿੰਦਾ ਹੈਗਾ, ਖੁਸ਼ ਰਹਿੰਦਾ ਹੈਗਾ, ਅਤੇ ਕੋਈ ਉਹਨੂੰ ਤਕਲੀਫ ਨਹੀਂ ਹੁੰਦੀ। ਜਿਸ ਹੂਆ ਆਪੇ ਕਿਰਪਾਲ, ਜਿਸ ਨੂੰ ਉਹ ਆਪ ਕਿਰਪਾਲ ਹੁੰਦਾ, ਜਿਹਦੇ 'ਤੇ ਨਜ਼ਰ ਕਰੇ, ਸੋ ਨਾ ਭਰਮਾਇਆ, ਉਹਨੂੰ ਫਿਰ ਜੂਨੀਆਂ 'ਚ ਨਹੀਂ ਪਾਉਂਦਾ, ਆਉਣ ਜਾਂ ਮਰ ਜਨਮ ਮਰਨ ਦੀ ਚੂਨੀ 'ਚ ਨਹੀਂ ਪਾਉਂਦਾ, ਉਹ ਮੁਕਤ ਪਾ ਜਾਂਦਾ ਹੈਗਾ। ਮੁਕਤ ਨੂੰ ਕਹੀਦਾ ਰੀਜਰੈਕਸ਼ਨ, ਅਤੇ ਰੀਇਨਕਾਰਨੇਸ਼ਨ ਹੁੰਦਾ ਹੈਗਾ, ਉਹ ਉਹਦੇ 'ਚ ਆਦਮੀ ਜੂਨੀ 'ਚ ਭੁੰਮ ਭਰਮਾਉਂਦਾ ਹੈਗਾ, ਅਤੇ ਜਿਹੜਾ ਰੀਜਰੈਕਸ਼ਨ ਹੁੰਦਾ ਹੈਗਾ, ਉਹਦੇ 'ਚ ਉਹ ਰੈਸਟ ਮੁਕਤੀ ਪਾ ਜਾਂਦਾ ਹੈਗਾ, ਉਸੇ 'ਚ ਹੀ ਉਹ ਰਹਿੰਦਾ ਆਦਮੀ। ਆਦਮੀ ਦਾ ਆਦਮੀ ਦੀ ਜੋ ਜੋ ਦਿੱਤਾ ਖਸਮ ਸੋਈ ਸੁੱਖ ਪਾਇਆ, ਜੋ ਵੀ ਉਹਨੇ ਦਿੱਤਾ ਅਕਾਲ ਪੁਰਖ ਨੇ, ਉਹਦੇ 'ਚ ਹੀ ਤੁਸੀਂ ਸਬਰ ਕਰੋ ਅਤੇ ਸੁੱਖ ਪਾਓਗੇ। ਕਈ ਬੇਸਰਬਰੇ ਹੁੰਦੇ ਨੇ, ਉਹਦੇ ਤੋਂ ਤੁਸੀਂ ਅਕਾਲ ਪੁਰਖ ਤੋਂ ਜੋਰੀ ਨਹੀਂ ਮੰਗ ਸਕਦੇ ਕੁਛ ਵੀ, ਉਹਨੇ ਜੋ ਦੇਣਾ ਤੁਹਾਨੂੰ ਦੇਣਾ ਹੈਗਾ। ਅਤੇ ਇਸ ਕਰਕੇ ਜਿਹੜਾ ਸਬਰ ਨਾਲ ਤੁਸੀਂ ਜੇ ਚੱਲੋਗੇ, ਅਤੇ ਨਾਲੇ ਗੁਰਮੁਖ ਹੋ ਕੇ ਨਾ ਉਹਦਾ ਮੂੰਹ ਖੋਲੋਗੇ ਆਪਣਾ, ਅਤੇ ਪ੍ਰਚਾਰ ਕਰੋਗੇ, ਤੁਹਾਨੂੰ ਹੋਰ ਅਕਾਲ ਪੁਰਖ ਦੇਵੇਗਾ, ਜਿੰਨਾ ਉਹਦਾ ਖਜ਼ਾਨਾ ਖਰਚੋਗੇ ਓਨਾ ਹੀ ਉਹ ਤੁਹਾਨੂੰ ਦੇਵੇਗਾ। ਜੇ ਮੂੰਹ ਬੰਦ ਕਰ ਲਿਆ, ਉਹ ਜਿਹੜਾ ਹੈਗਾ ਤੁਹਾਨੂੰ ਦਿੱਤਾ, ਉਹ ਵੀ ਲੈ ਕੇ ਚਲੇ ਜਾਂਦਾ ਅਕਾਲ ਪੁਰਖ, ਕਹਿੰਦਾ ਵੀ ਇਹਨੇ ਤਾਂ ਬਰਤਨਾ ਤਾਂ ਹੈ ਨਹੀਂ, ਕਹੇ ਤਾਂ ਕੀ ਫਾਇਦਾ ਇਹਨੂੰ ਦੇਣ ਦਾ। ਨਾਨਕ ਜਿਸੇ ਦਿਆਲ ਬੁਝਾਏ ਹੁਕਮ ਮਿੱਤ, ਨਾਨਕ ਕਹਿੰਦੇ ਵੀ ਜਿਸ ਨੂੰ ਉਹ ਦਿਆਲ ਹੋ ਕੇ ਆਪਣਾ ਹੁਕਮ ਬਜਾਉਂਦਾ ਨਾ, ਉਹ ਉਹਦਾ ਮਿੱਤਰ ਹੈਗਾ ਅਕਾਲ ਪੁਰਖ ਦਾ। ਮਿੱਤਰ ਨੂੰ ਹੀ ਤੁਸੀਂ ਦਿਓਗੇ ਚੀਜ਼, ਤੁਸੀਂ ਦੁਸ਼ਮਣ ਨੂੰ ਥੋੜ੍ਹੀ ਬੁਝਾਓਗੇ, ਠੀਕ ਹੈ ਨਾ। ਅਤੇ ਇਸ ਕਰਕੇ ਜਿਹੜੇ ਹੈਗੇ ਨੇ ਉਹਦੇ ਮਿੱਤਰ ਹੈਗੇ ਨਾ ਅਕਾਲ ਪੁਰਖ ਦੇ,
ਜਾਂ ਉਹਨਾਂ ਦਾ ਹੁਕਮ ਮੰਨਦੇ ਨੇ ਅਕਾਲ ਪੁਰਖ ਦਾ, ਉਹਨਾਂ ਦੇ ਉਹ ਮਿੱਤ ਬਣ ਜਾਂਦਾ ਅਕਾਲ ਪੁਰਖ। ਜਿਸੇ ਬੁਲਾਏ ਆਪ ਮਰ ਮਰ ਜੰਮੇ ਨਿੱਤ, ਜਿਹਨੂੰ ਫਿਰ ਆਪ ਬੁਲਾਉਂਦਾ ਹੈਗਾ, ਜਿੱਦਾਂ ਕੋਈ ਪੈਸੇ ਮਗਰ ਲੱਗ ਜਾਂਦਾ, ਉਹਦੇ ਕੋਲ ਵੀ ਸੁਰਤੀ ਹੈਗੀ, ਉਹਦੇ 'ਚ ਵੀ ਅਕਾਲ ਪੁਰਖ ਦੀ ਹੈਗੀ ਰੋਸ਼ਨੀ ਹੈਗੀ, ਪਰ ਉਹ ਚਲਾ ਗਿਆ ਉੱਧਰ ਮਾਇਆ ਦੇ ਵਿੱਚ, ਅਤੇ ਮਾਇਆ ਦੇ ਤਾਂ ਉਹਨੂੰ ਮੋਹ ਲੋਭ ਲੋਭ ਮੋਹ 'ਚ ਚਲਾ ਗਿਆ। ਜਦੋਂ ਲੋਭ ਮੋਹ 'ਚ ਚਲਾ ਜਾਏ ਉਹ ਫਿਰ ਨਿੱਤ ਨਿੱਤ ਜੰਮਦਾ ਹੈਗਾ, ਉਹਨੂੰ ਉਹ ਭੁੱਲ ਜਾਂਦਾ ਹੈਗਾ, ਉਹਨੂੰ ਫਿਰ ਉਹ ਆਪਣੀਆਂ ਹੀ ਤਰੀਫਾਂ 'ਚ ਪਾਲਦਾ ਲੋਕਾਂ ਤੋਂ, ਅਕਾਲ ਪੁਰਖ ਦੀ ਤਰੀਫ ਨਹੀਂ ਕਰਦਾ ਉਹ। ਅਤੇ ਇਹ ਹੈਗਾ ਇਹਦਾ ਥੋੜ੍ਹਾ ਜਿਹਾ, ਅਤੇ ਬਾਕੀ ਅੱਧਾ ਕੁ ਹੋਰ ਹੈਗਾ, ਉਹ ਫਿਰ ਮੈਂ ਦੂਸਰੇ 'ਚ ਕਰਾਂਗਾ ਵੀਡੀਓ 'ਚ। ਅਤੇ